ਹੁਣ ਬਈ ਆ ਜਾਟ ਆ ਗਈਆਂ ਲੋਕਾਂ ਦੀ ਲੁੱਟ ਹੋਈ ਜਾਂਦੀ ਹੈ ਇਹਨਾਂ ਚ 800 ਰੁਪਏ ਦੀ ਬਈ ਪਿਛਲੇ ਸਾਲ ਵੇਚੀ ਸੀ ਪੂਰਾ ਨਹੀਂ ਹੋਇਆ ਇੱਕ ਵਾਰ ਖਰੀਦ ਦੇ 50 ਵਧ ਗਏ ਪਰ ਆਪਾਂ ਵਧਾਇਆ ਨਹੀਂ ਰੇਟ ਆਪਾਂ 800 ਦੀ ਇੱਕ ਤੇ 1500 ਦੀਆਂ ਦੋ ਕਰਤੀਆਂ ਬਈ ਕੀ ਬਾਤ ਆ ਬਾਈ 1500 ਦੀਆਂ ਦੋ ਇਹ ਤਾਂ ਬਾਈ ਨੇ ਵਾਸਤੇ ਬਈ ਲੋਕਾਂ ਦੀਆਂ ਪਸੰਦ ਆ ਸਭ ਤੋਂ ਵੱਧ ਜਾਗੋ ਦੇ ਸੇਟੀ ਸਾਹਿਬ ਇਹਦਾ ਸੀਜ਼ਨ ਜਿਹੜਾ ਸ਼ੁਰੂ ਹੋਇਆ ਰੇਟ ਪਹਿਲੀ ਬਹੁਤ ਘੱਟ ਵੇਚ ਰਹੇ ਹੋ ਕਿਤੇ ਘੱਟ ਹੀ ਨਾ ਪਵਾ ਬੈਠੇ ਹੋ ਬਾਈ ਘਾਟਾ ਪਤਾ ਕੀ ਆ ਕੰਮ ਕਰਦੇ ਆ ਕੋਈ ਟਿਕਾਣਾ ਲੱਗ ਗਿਆ ਕਿ ਵੀ ਹੱਥ ਲੱਗ ਜਾਂਦਾ ਪਿੱਛੋਂ ਟਿਕਾਣਾ ਕੋਈ ਚੰਗਾ ਘਰ ਪਿੱਛੋਂ ਹੱਥ ਲੱਗ ਜਾਂਦਾ ਬਈ ਹੁਣ ਜਿਵੇਂ ਆ ਜੈਕਟ ਇਹ ਆਪਣੀ ਆਪ ਦੀ ਤਿਆਰ ਹੋ ਰਹੀ ਆ ਕੋਟ ਪੈਂਟ ਵਾਲੀ ਆਪਣੀ ਆਪ ਦਾ ਤਿਆਰ ਹੋ ਰਿਹਾ ਬਈ ਉਹਦੇ ਵਿੱਚ ਪਤਾ ਕੀ ਆ ਬਈ ਮਾਰਜਨ ਨਿਕਲ ਜਾਂਦਾ ਜੇ ਹੁਣ ਇਹੀ ਜੈਕਟਾਂ ਬਈ ਅਸੀਂ ਕੋਟ ਪੈਂਟ ਹੋਲਸੇਲ ਦੇ ਵਿੱਚ ਦਾਂ ਅਸੀਂ ਦੁਕਾਨਦਾਰ ਨੂੰ ਇਹ ਤੋਂ ਵੀ ਵਰਤਾ ਦੇਵਾਂਗੇ ਅੱਛਾ ਆਪਣਾ ਹੋਲਸੇਲ ਦਾ ਕੰਮ ਵੀ ਜਿਹੜੇ ਕਿਸੇ ਦੁਕਾਨਦਾਰ ਨੇ ਨਵੇਂ ਕਿਸੇ ਵੀਰ ਨੇ ਕੰਮ ਕਰਨਾ ਉਹ ਵੀ ਸੰਪਰਕ ਕਰ ਲੈ ਬਈ ਉਹਨੂੰ ਵੀ ਵਰਤਾ ਦੇਵਾਂਗੇ 1000 50 ਰੁਪਏ ਦੀ ਬਈ ਵਾਸ਼ਿੰਗ ਦੀ ਜੈਕਟ ਹੈ ਸਿੱਧੂ ਮੂਸੇਆ ਦੀ ਪਸੰਦ ਸੀ ਇਹ ਇਹ ਚ ਬਈ 7 ਤੋਂ 8 ਰੰਗ ਮਿਲ ਜਾਣਗੇ ਅੱਛਾ ਬਾਈ ਪਾਇਆ ਕਰਦਾ ਸੀ ਸਿੱਧੂ ਬਾਈ ਇਹ ਹੈ ਨਾ ਇਹਦੇ ਨਾਲ ਦੀ 1000 50 ਰੁਪਏ ਬਾਈ 10 ਆਪਾਂ ਗਿਫਟ ਕੱਢਾਂਗੇ ਜੈਕਟਾਂ ਜਿਹੜਾ ਬੰਦਾ ਆਊ ਬਈ ਵੱਧ ਤੋਂ ਵੱਧ ਸ਼ੇਅਰ ਆ ਤੁਹਾਡੇ ਪੇਜ ਉੱਤੇ ਤੁਹਾਨੂੰ ਸਕਰੀਨਸ਼ਾਟ ਭੇਜੂਗਾ ਬਾਈ ਆਪਾਂ ਜਿਹੜੇ ਬੰਦੇ ਤੁਸੀਂ ਚੂਜ਼ ਕਰਕੇ ਦੋਗੇ ਆ ਦੇਖੋ ਬਾਈ ਜੀ ਆ ਚੀਜ਼ ਆ ਗਈ ਬਾਈ ਜੀ ਇਹ 10 ਜੈਕਟਾਂ ਆਪਾਂ ਗਿਫਟ ਕੱਢਣੀਆਂ ਬਾਈ ਅੱਛਾ ਇਹ ਗਿਫਟ ਦੇਣੇ ਨੇ ਬਾਈ ਹੈ ਫਰ ਲੱਗੀ ਹੋਈ ਆ ਬਈ ਇਹਦੀ ਵੀ ਜ਼ਿੰਮੇਵਾਰੀ ਹੈ ਚੱਲਣ ਦੀ ਵੈਸੇ ਤਾਂ ਬਾਈ ਘਰ ਕਿਹੜੀ ਪਿਆਰ ਵਾਲੀ ਚੀਜ਼ ਹੁੰਦੀ ਹੈ ਉਹ ਰੇਟ ਪੁੱਛਿਆ ਨਹੀਂ ਕਰਦੇ ਵੈਸੇ ਅਗਰ ਗੱਲ ਕਰਾਂ ਕੀ ਰੇਟ ਹੋਊਗਾ ਇਹਦਾ ਬਈ ਇਹਦਾ ਰੇਟ ਮੰਨ ਲਓ ਬਾਜ਼ਾਰ ਦੇ ਵਿੱਚ ਵੀ ਕਹਿੰਦੇ ਆ 1100-1200 ਆਪਣੇ ਦਾ ਰੇਟ ਹੈਗਾ ਸਿਰਫ 700 ਰੁਪਏ ਬਾਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਅੱਜ ਮੈਂ ਖੜਿਆ ਮਾਨਸਾ ਬਾਈ ਸਮਿਤ ਸੇਠੀ ਦੀ ਦੁਕਾਨ ਤੇ ਬ੍ਰਾਂਡ ਵਾਈ ਬਾਈ ਹੋ ਰਿਹਾ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਿਉਂਕਿ ਕਹਿੰਦੇ ਨੇ ਬਾਈ ਦਾ ਜਿਹੜਾ ਕੱਪੜੇ ਦਾ ਰੇਟ ਆ ਮਾਨਸਾ ਛੱਡੋ ਕਿ ਪੂਰੇ ਪੰਜਾਬ ਨਾਲੋਂ ਸਸਤਾ ਰੇਟ ਆ ਬਾਈ ਦਾ ਹੈਗਾ ਵੀ ਆ ਜਾਂ ਨਾ ਜਾਂ ਸਿਰਫ ਗੱਲਾਂ ਨੇ ਅੰਦਰ ਜਾ ਕੇ ਰੇਟ ਪਤਾ ਕਰਾਂਗੇ ਪਰ ਬਾਈ ਇੰਨਾ ਕੁ ਕਹਿੰਦਾ ਕਿ ਸਰਦੀਆਂ ਦਾ ਇੰਨਾ ਕੁ ਜ਼ਿਆਦਾ ਮੇਰੇ ਕੋਲ ਮਾਲ ਆਇਆ ਹੋਇਆ ਜਿਹਾ ਜਿਹਾ ਤੁਸੀਂ ਮਾਲ ਚਾਹੋਗੇ ਤੁਹਾਡੀ ਹਰ ਪਸੰਦ ਇੱਥੇ ਮਿਲੂਗੀ ਬਾਕੀ ਹੁਣ ਗੱਲ ਰਹੀ ਰੇਟ ਦੀ ਬਾਈ ਕਰਦਾ ਦਾਵਾ ਕਿ ਜਿਹੜਾ ਮੇਰਾ ਰੇਟ ਹੈ ਮੇਰੇ ਨਾਲੋਂ ਕੋਈ ਘੱਟ ਦੇ ਕੇ ਦਿਖਾਵੇ ਮੈਂ ਫ੍ਰੀ 'ਚ ਦਊਂਗਾ ਤਾਂ ਆਓ ਅੰਦਰ ਗੱਲ ਕਰਦੇ ਹਾਂ ਬਾਈ ਨਾਲ ਦੇਖਦੇ ਹਾਂ ਕਿ ਕੋਈ ਗੱਲਬਾਤ ਹੈਗੀ ਵੀ ਹੈ ਜਾਂ ਫਿਰ ਹਵਾ ਜੀ ਤੀਰ ਨੇ ਬਾਈ ਕੀ ਹਾਲ ਨੇ ਵਧੀਆ ਠੀਕ ਹੋ ਦੱਸੋ ਸਤਿ ਸ਼੍ਰੀ ਅਕਾਲ ਬਾਈ ਜੀ ਜਿਹੜੇ ਸਾਰੇ ਸਰੋਤੇ ਦੇਖ ਰਹੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਵੀਰੇ ਤੇ ਇੱਕ ਕਿਵੇਂ ਇੰਟਰਨੈਟ ਦੇ ਉੱਪਰ ਵਾਇਰਲ ਹੋ ਰਹੇ ਹੋ ਅੱਜ ਕੱਲ ਤੁਸੀਂ ਜੀ ਬਾਈ ਜੀ ਕਹਿੰਦੇ ਵੀ ਬਾਈ ਕੋਲੇ ਜਿਹੜੇ ਕੱਪੜੇ ਦੇ ਰੇਟ ਨੇ ਪੰਜਾਬ ਦੇ ਵਿੱਚ ਕੋਈ ਨਹੀਂ ਦੇ ਸਕਦਾ ਉਹ ਰੇਟ ਤੇ ਮਾਲ ਕੋਸ਼ਿਸ਼ ਬਾਈ ਇਹੀ ਆਪਣੀ ਵੀ ਕੋਈ ਨਾ ਦੇ ਸਕੇ ਤੇ ਮੈਂ ਗੱਲ ਲਾਗੂ ਵੀ ਹੋਈ ਆ ਜਿਵੇਂ ਹੁਣ ਬਾਈ ਆਹ ਆਈਟਮ ਆ ਦੇਖੋ ਤੁਸੀਂ ਆ ਬਰੋਡਰੀ ਵਰਕ ਹੈ ਸਟicker ਨਹੀਂ ਹੈਗਾ ਮਾੜਾ ਜਿਹਾ ਬਾਈ ਦਿਖਾ ਦੇ ਜੂਮ ਕਰਕੇ ਤਾਂ ਰੇਟ ਸੁਣ ਲਓ ਮਿੱਤਰ ਪਿਆਰਿਓ ਸਕਰੀਨਸ਼ਾਟ ਲੈ ਕੇ ਰੱਖ ਲਿਓ ਹੋਰ ਕੋਈ ਕੱਪੜੇ ਦਾ ਇੰਟਰਨੈਟ ਤੇ ਕੱਢ ਕੇ ਦੇਖ ਲਓ ਰੇਟ ਘੱਟ ਮਿਲੂਗਾ 550 ਰੁਪਏ ਆਪਣੀ ਇੰਸਟਾਗ੍ਰam ਆਈਡੀ ਹੈ brand_boy ਫੋਲੋ ਕਰੋ ਬਾਈ 550 ਰੁਪਏ ਦੇ ਵਿੱਚ ਆ ਬਾਈ ਇਹ 550 ਬਾਈ ਆ ਲਓ ਬਾਈ ਜੀ ਦੇਖੋ ਆਈਟਮਾਂ ਦੇਖੋ ਬਾਈ ਜੀ ਤੁਸੀਂ ਕੀ ਬਾਤ ਆ ਬਾਈ ਯਾਰ ਰੇਟ ਬਾਈ ਦਾ ਕੱਪੜਾ ਵੀ ਸਿਰਾ ਬਾਈ ਦਾ ਬਾਈ ਕੱਪੜਾ ਬਾਈ ਜੇ ਖਰਾਬ ਹੋ ਜੇ ਰੰਗ ਬਾਗ ਜੇ ਕੁਝ ਵੀ ਹੋ ਜਾਂਦੀ ਆਪਣੀ ਨਾਲ ਜ਼ਿੰਮੇਵਾਰੀ ਹੋ ਆ ਆਈਟਮ ਆ ਗਈ ਬਾਈ ਜੀ 750 ਰੁਪਏ ਦੀ ਹੈ ਬੁਰਾਉਣ ਦੀ ਜ਼ਿੰਮੇਵਾਰੀ ਹੈ ਜੀ ਦੇਖੋ ਬਾਈ ਆਈਟਮ ਕੋਟਨ ਪੂਰਾਉਣ ਦੀ ਜ਼ਿੰਮੇਵਾਰੀ ਬਾਈ ਆਊਗਾ ਜਾਂ ਆਉਂਦਾ ਨਹੀਂ ਬਾਈ ਆਉਂਦਾ ਨਹੀਂ ਤੇ ਨਾ ਰੰਗ ਜਾਵੇ ਨਾ ਬਾਈ ਆ ਲਓ ਬਾਈ ਜੀ ਆ ਆਈਟਮ ਦੇਖੋ ਬਾਈ ਲੰਘ ਜਾਓ ਬਾਈ ਅੱਗੇ ਲੰਘ ਜਾਓ ਤੁਸੀਂ ਕੀ ਆਈਟਮ ਲੈਣੀ ਹੈਗਾ ਮੁੰਡੇ ਅੱਛਾ ਜੀ ਆ ਲਓ ਬਾਈ ਜੀ ਫਿਰ ਇੱਧਰ ਨੂੰ ਆ ਜਾਓ ਥੋੜਾ ਪਿੱਛੇ ਨੂੰ ਹੋ ਜਾਓ ਤੁਸੀਂ ਥੋੜਾ ਜਿਹਾ ਆ ਲਓ ਬਾਈ ਤੇ ਦੇਖੀ ਚੱਲਿਓ ਤੇ ਥੋੜਾ ਪੱਗੀ ਹੋ ਜਾਣਾ ਇੱਧਰ ਹੀ ਆ ਜਾਓ ਕੈਮਰਾਮੈਨ ਸਾਹਿਬ ਅੱਗੇ ਨੂੰ ਆ ਜਾਓ ਇੱਧਰ ਹੀ ਲਿਆਓ ਵੀਰੇ ਆ ਗਏ ਬਾਈ 700 ਆ ਰਹੇ ਨੇ ਜੀ ਇਹ 750 ਹਾਂਜੀ ਬਾਈ ਜੀ ਆ ਜੀ ਰਾਮ ਜੀ ਨਾਲ ਦਿਖਾ ਮੇਰਾ ਭਾਈ ਤੁਹਾਨੂੰ ਟਾਈਮ ਖੁੱਲਾ ਨਾ ਨਾ ਬਾਈ ਟਾਈਮ ਆ ਦੇਖੋ ਬਾਈ ਐਦਾਂ ਦੀਆਂ ਆਈਟਮਾਂ ਬਾਈ ਸਾਰੀਆਂ ਵਰਸਿਟੀ ਜਾਗਤਾਂ ਜੋ ਚੱਲ ਰਹੀਆਂ ਰੇਟ ਦੀ ਬਾਈ ਸਾਰੇ ਬਿਆਰ ਦੀ ਛੱਡੋ ਯਾਰ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਹੋਊਗੀ ਤੇ ਬਾਈ ਪੀਸਾਂ ਦਾ ਮਾਰਕੀਟ ਦੇ ਵਿੱਚ ਕੀ ਰੇਟ ਹੈਗਾ ਮਾਰਕੀਟ ਦੇ ਵਿੱਚ ਬਾਈ ਲੋਕ ਸਿਆਣੇ ਦੇਖੇ ਨੇ ਵੀ 1800-1800 ਰੁਪਏ ਦੇ ਪੀਸ ਵਿਕੀ ਜਾਂਦੇ ਆ ਇਹ ਜਿਹੜੇ ਆ ਫੈਬਰਿਕ ਹੈ ਚਾਈਨੀ ਫੈਬਰਿਕ ਤੁਸੀਂ ਕਿਉਂ ਸਸਤੇ ਦਿੰਦੇ ਹੋ ਬਾਈ ਆਪਣਾ ਹੋਲਸੇਲ ਦਾ ਕੰਮ ਆ ਆਪਣਾ ਅੱਜ ਨਹੀਂ 5 ਸਾਲ ਪਹਿਲਾਂ ਦਾ ਕੰਮ ਹੈ ਹੋਲਸੇਲ ਦਾ ਕੰਮ ਹੈ ਆਪਾਂ ਦੁਕਾਨਦਾਰਾਂ ਨੂੰ ਵੀ ਮਾਲ ਦਿੰਦੇ ਆ ਬਾਈ ਅੱਛਾ ਬਾਈ ਹਾਂਜੀ ਬਾਈ ਜੀ ਤੇ ਮੈਂ ਸੁਣਿਆ ਬਾਈ ਹੁਣ ਪਿੱਛੇ ਜੇ ਆਈਫੋਨ ਵੀ ਕੱਢਿਆ ਤੁਸੀਂ ਨੇ ਇੱਕ ਜਮਾ ਕੱਢਿਆ ਤੁਹਾਨੂੰ ਆਪਾਂ ਵੀਡੀਓ ਦਾ ਕਲਿੱਪ ਦਵਾਂਗੇ ਤੁਸੀਂ ਆਪਦੇ ਮੇਰੇ ਸਾਹ ਨਾਲ ਇੰਸਟਾਗ੍ਰam ਪੇਜ ਤੇ ਲਾਈਵ ਵੀ ਕਰਿਆ ਬਾਈ ਉਹ ਵੀ ਬਾਈ ਆਪਾਂ ਇੱਕ ਮਤਲਬ ਇੱਥੇ ਗੁਰਦੁਆਰਾ ਸਾਹਿਬ ਦੀ ਸੌ ਖਾਦੀ ਸੀ ਵੀ 100 ਕੂਪਨ ਪਾਉਣਾ 3000 ਦੀ ਸ਼ਾਪਿੰਗ ਆ ਇਹਦੇ ਨਾਲ ਅੱਛਾ ਜਿਹੜਾ ਬਾਈ ਮਤਲਬ ਕੂਪਨ ਹੈਗਾ ਸਹੀ ਬੰਦੇ ਨੂੰ ਕੱਢਾਂਗੇ ਅੱਜ ਬਾਈ ਚਕੇਰੀਆਂ ਦੇ ਰਾਜਦੀਪ ਨੂੰ ਨਿਕਲਿਆ ਬਾਈ ਇੱਥੇ ਆਇਆ ਨਹੀਂ ਹੋਇਆ ਸੀ ਬਾਈ ਨੂੰ ਫੋਨ ਮਾਰਿਆ ਹੋਇਆ ਨਹੀਂ ਪਤਾ ਬਾਈ ਹੁਣੀ ਲੈਣਾ ਜੀ ਪਰ ਮੁੰਡੇ ਨੂੰ ਕੋਈ ਫੋਨ ਮਾਰਿਆ ਵੀ ਬਾਈ ਤੈਨੂੰ ਆਈਫੋਨ ਨਿਕਲੇ ਰਿਐਕਸ਼ਨ ਕੀ ਸੀ ਉਹਦੇ ਬਾਈ ਕਹਿੰਦਾ ਬਾਈ ਬਹੁਤ ਬਹੁਤ ਧੰਨਵਾਦ ਮੈਂ ਬਾਈ ਧੰਨਵਾਦ ਨਹੀਂ ਦਾ ਤੇਰੀ ਕਿਸਮਤ ਚੌਂਕੀ ਯਾਰ ਬਾਈ ਕਿੰਨਾ ਟਾਈਮ ਹੋ ਗਿਆ ਇਹ ਕੰਮ 'ਚ ਬਾਈ ਆਪਾਂ ਨੂੰ ਇਹ ਕੰਮ ਦੇ ਵਿੱਚ ਹੋ ਗਿਆ ਬਾਈ 6 ਸਾਲ ਤੇ ਇੱਥੇ ਦੁਕਾਨ ਕਰੀ ਆਪਾਂ ਨੂੰ 2-3 ਸਾਲ ਹੋ ਗਏ ਬਾਈ ਪਹਿਲਾਂ ਆਪਣਾ ਇਕੱਲਾ ਹੋਲਸੇਲ ਸੀ ਫਿਰ ਆਪਾਂ ਨਾਲ ਰਿਟੇਲ ਕਰ ਲਿਆ ਬਾਈ ਜੀ ਠੀਕ ਹੈ ਤਾਂ ਰੇਟ ਤੁਸੀਂ ਦੇਖ ਲਿਓ ਸਕਰੀਨਸ਼ਾਟ ਲੈ ਕੇ ਰੱਖ ਲਿਓ ਕਿ ਆ ਚੀਜ਼ਾਂ ਦੇਖੋ ਤੁਸੀਂ ਪਹਿਲਾਂ ਬਾਈ ਲਵੇ ਦੇਖੋ ਅੰਦਰ ਫਰ ਲੱਗੀ ਆ ਬਾਈ ਜੀ ਸਾਰੀ ਪੂਰਾ ਗਰਮ ਹੋਊਗਾ ਦੂਜੀ ਗੱਲ ਬਾਈ ਜਿਹੜੇ ਬੰਦੇ ਵੀਡੀਓ ਨੂੰ ਤੁਹਾਡੀ ਨੂੰ ਸ਼ੇਅਰ ਕਰਨਗੇ ਉਹਨਾਂ ਨੂੰ ਵੀ ਆਪਾਂ ਕੋਟ ਗਿਫਟ ਕੱਢਾਂਗੇ ਠੰਡ ਦੇ ਵਿੱਚ ਠੀਕ ਹੈ ਜੀ ਆ ਸ਼ੇਅਰ ਕਰੂ ਕਿਹੜਾ ਸ਼ੇਅਰ ਕਰਕੇ ਆਊਗਾ ਬਾਈ ਸਕਰੀਨਸ਼ਾਟ ਲੈ ਕੇ
वैसे तो बई खर कड़ी प्यार वाली चीज होंगी रेट पूछा नहीं करते वैसे अगर गल करा की रेट होगा बी ए रेट मान लो बाजार बिकी 1100-1200 अपने का रेट है सिर्फ 700 रुपये भाई अच्छा भी फ्री दे रहे हो भी भाई शेयर करना इन फ्री कई बार की बंदा दूर बैठा होंगे भी दूरों बैठे शेयर करते फर्ज करो कोई बंदा यूपी च बैठा वह फिर की हल है कोरियर करावे भाई जी खर्चा खर्चा साढ़ा बई ठीक है बई बिल्कुल बिल्कुल भाई कहना कितने भी बैठे हो शेयर करने ने बाकी जिम्मेवारी मेरी है घरे पहुंच जूगी जागटे थोड़े को हर तरह की बाई को चीज मिलूगी अगे देखो फिर मैं होर भी दिखाऊंगा आइटम देखी चलो भाई जी आइटम बहुत मैं कहना आइटम नहीं निपटदियां जिन्हिया मर्जी अजकल मैं देखी मुंडा ने बहुत पाई होंगी है सर्दियों के भाई अपनी 1000 रुपए की है बई जी लोग 1500-1800 बेची जाते हैं कैप अपलोडरी होगी बई इन्हें आ भी कढ़ाई है आ भी कढ़ाई है कैप लै भी जाती है बई इनकी जेड़ा मटीरियल उत्ते है उही मटीरियल अंदर है बई इन मार्केट चो नहीं मिलनी देख लो बेशक पता भी कर लियो क्योंकि बई इसे करके बई को रेट ने जो बई दे मानसा की पूरे पंजाब नालों घट रेट ने ब्लेजर अजकल चल रहे है ओके माल है बई ये रंग जान की जिम्मेवारी है कपड़ा खराब होने की जिम्मेवारी है 1500 रुपए का रेट है भाई अपना 10-12 रंग है मिल जाए मार्केट की रेट हो मार्केट भाई 2500-2000 तो घटता भाई कितने भी दिता जी सवाई है भाई 2500 रुपया ठीक है भाई आलो भाई 1500 रुपए का भाई माड़ा कैमरे एक बार दिखा दे करो खराब बन के 1500 रुपए पता लग जाए लोगों को माड़ा समान टू पीस कोट पेंट चलिया भाई जी इनकी 4000 रुपया स्टिचिंग है जी अच्छा भाई टू पीस भाई कोट के नाल पेंट है ये अपना रेट है भाई जी सिर्फ 2500 रुपये लो जी 2500 रुपये समान समून की लोड़ नहीं भाई समान से 4000 रुपये ला दें भाई कपड़ा माड़ा निकल जाए जिम्मेवारी है ठीक है कोई साइज ना आए उनकी जिम्मेवारी फिटिंग प्रोपर आऊगी पीसा की कपड़े की गारंटी हैगी है मेरा समेत कपड़े की भाई जिम्मेवारी है जमा वीडियो के भाई साड़ी पूरी फुल जिम्मेवारी है जेडे साडे कोल लोक आउंदे उन्होंने पता भी है भाई किवें चलता कपड़ा बाकी भाई जी जिम्मेवारी देती हूँ आप मान लो भाई जीन की पेंट भेजते हैं साड़ी जेडे मर्जी बंदा पेंट लै जाए जेडे साडे नाल जुड़े उन्होंने पता भी जे पेंट के भाई डब पै जाए ना आप पेंट चेंज करके दें आपके पलों नहीं देंगे भाई पिछों जिम्मेवारी लेके सौदा चाकते हैं ठीक है भाई ना ट्रैक सूट है भाई आप 1500 रुपये के दो दी जाने भाई जी 1500 के दो भाई 800 रुपये का एक सरी ला भाई जमा भाई हूं आइटम आ गई देखो भाई बैक भाई सारी कढ़ाई होगी इधर भी ठीक है भाई जी पूरा मतलब सीजन पा सकते हो ट्रैक सूट भाई हो गया वाटर प्रूफ है भाई पीस बाहर कनेडा भेजिए ने भी बहुत वधिया रिस्पोंस आ रहे हैं हेलो भाई जी सारा भाई इधर भी कढ़ाई होगी 1500 के दो भाई 800 का एक 1500 के दो 800 का एक मतलब 800 का एक सूट आ गया भाई जी कॉटन 3 थ्रेड आ देखो भाई बैक एचडी प्रिंट है सारा अच्छा चीज भाई अपना भाई रेट है 1500 रुपए हां जी भाई पजामा 1500 रुपए भाई अपना रेट है सारे बाजार की रेट की जिम्मेवारी है इन्हें उत्ते बुर नहीं आता भाई चाहे बंदा पा के पै जाए रंग पा जाए कलर के पिछों पीस के पिछों रंग जान की जिम्मेवारी है भाई स्टिकर के प्रेस ना लगे हुए स्टिकर उड़ता तां जिम्मेवारी है बरे अर कई बार ना बीरे सेठी साहब साइज नहीं मिलते है मतलब एम तो लैके डबल एक्सल तक साइज है अच्छा हर साइज मिल जू ए रंग भी है भैया देखो ब्लैक कलर आ गया भाई इनका ब्लैक आ गया भैया लवेंडर रंग अच्छा मिलता नहीं है भाई चली जाता बहुत ज्यादा लवेंडर आ गया भाई जी लो जी इन्हें भाई एक आइटम होर आ गई हुडी के नाल ही टोमी का भाई 1500 रुपये भाई सिर्फ तो इंस्टाग्राम के उत्ते भाई जो मतलब जमा लोग 2000-2000 रुपये के बेची जाते हैं अच्छा आ लो भाई जी आ टोमी का आ गया जी इन्हें उत्ते कढ़ाई है भाई सारा पजामा ये भी भाई 1500 करता इन्हें भी 3-4 कलर है भाई इनका वाइट कलर आ गया जी आइटम मतलब बहुत है भाई हूं 4 पॉकेट ब्लेजर आ गया भाई अपना वेलवेट के भाई माड़ा जहा जूम करके दिखा दे मेरा भी बटन देखो भाई सारे बटन फैंसी लगे हो 2500 रुपये का रेट है भाई जी 2500 रुपये का भाई है हाँ जी ਹੁਣ ਆਈਟਮ ਆ ਗਈਆਂ ਵੀ ਆਈਟਮਾਂ ਬਹੁਤ ਆ ਬਈ ਜਿਵੇਂ ਹੁਣ ਅੱਜ ਕੱਲ ਆ ਚੱਲ ਰਹੀਆਂ ਕਲਰ ਵਾਲੀਆਂ ਸਵੈਟ ਸ਼ਰਟਾਂ ਹਾਂ ਆ ਦੇਖੋ ਬਈ ਜੀ ਇਹਨਾਂ ਵਿੱਚ ਬਈ ਰੰਗ ਬਹੁਤ ਹੈਗੇ ਸਾਰੀਆਂ ਕਢਾਈ ਵਾਲੀਆਂ ਬਈ ਜੀ ਤੁਸੀਂ ਦੇਖ ਰਹੇ ਹੋ ਕਿ ਬਾਈ ਦਿਖਾਉਂਦਾ ਨਹੀਂ ਥੱਕ ਰਿਹਾ ਬਾਈ ਕੋਲੇ ਲੈਣਾ ਲੱਗੀਆਂ ਪਈਆਂ ਨੇ ਪਿੱਛੇ ਮਾਲ ਆਪਣੇ ਕੋਲ ਉੱਤੇ ਬਹੁਤ ਪਿਆ ਤੁਹਾਨੂੰ ਉੱਪਰ ਵੀ ਲੈ ਕੇ ਜਾਵਾਂਗੇ ਬਈ ਜਿਹੜਾ ਸਟੋਕ ਪਿਆ ਕਈ ਵਾਰ ਅਗਲਾ ਕਹਿੰਦਾ ਹੁਣ ਆ ਦੇਖੋ ਬਈ ਕੋਚ ਦਾ ਸਟੋਰ ਆਰਟੀਕਲ ਆ ਬਈ ਠੀਕ ਹੈ ਬਈ ਆਪਣਾ ਰੇਟ ਬਈ ਇਹਦਾ ਸਿਰਫ 900 ਰੁਪਏ ਆ
ਔਰ ਮਾਰਕੀਟ ਰੇਟ ਕੀ ਹੋਣਾ ਇਹਦਾ ਵੀਰੇ ਮਾਰਕੀਟ ਰੇਟ ਬਾਈ 1500 600 एम तो डबल एक्सल एल तो डबल एक्सल साइज है 3x4 वाले वास्ते भी भाई अलग तो आइटम है ठीक है कोटियां भाई हुना पीस देखो भाई कपड़ा देखो भाई फील लेके स्टफ चेक करो भाई 1000 रुपए रेट है भाई अपने कैमरे ते इतना पता नहीं लग रहा होना पर जब तुम कपड़े ते हाथ लाओगे तुम्हें पता लग जाना कि यार कपड़ा भी बड़ा शानदार है भाई कोले हुन भाई ऑफर एक और ले लो जी 500 रुपए ही दवांगे भाई प्री विंटर टी-शर्ट हैवी दे विच है भाई सारी कॉलर वाली भाई आ जिप वाली 500 रुपए दी भाई अगला नॉर्मल टी-शर्ट दी जांदा सारे कपड़े भी कई बार कुड़ी भी है अपने पूरी फुल वैरायटी दिखावांगे अपने नीचे सेशन है मतलब जेंट्स है उपर सारा गर्ल्स है ₹1000 चेक भी नॉर्मल मिल जाएंगे कोटराई प्रिंट आ गए भाई ये मेरा कैमरे के अंदर लो 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 भाई जी लो जी ठीक है जी इंदे ਵਿੱਚ ਭਾਈ ਬਹੁਤ ਜ਼ਿਆਦਾ ਪ੍ਰਿੰਟ ਮਿਲ ਜਾਣਗੇ ਤੁਹਾਨੂੰ ਮੈਂ ਮੋٹے ਮੋٹے ਪ੍ਰਿੰਟ ਲੈ ਵੀ ਆ ਜਾ ਕੈਮਰਾ ਮੈਂ ਕਰ ਲਾ ক্লোਜ਼ ਕਰਾ ਦੇਖੋ ਭਾਈ ਲੋ ਭਾਈ ਜੀ ਦੇਖੀ ਚਲੋ ਤੁਸੀਂ ਕਰਾ ਪਸੰਦ ਕਰੋ ਤੁਸੀਂ ਬਾਈ ਕੋਲੇ ਹਰ ਚੀਜ਼ ਮਿਲੂ ਇੱਕ ਵਾਰੀ ਦਰਸ਼ਨ ਜ਼ਰੂਰ ਦਿਓ ਬਾਈ ਨੂੰ ਆ ਕੇ ਐਡਰੈਸ ਦੱਸਦਾ ਪੂਰਾ ਮੈਂ ਨੰਬਰ ਚੱਲ ਰਿਹਾ ਨੀਚੇ ਨੰਬਰ ਤੇ ਬਾਈ ਨਾਲ ਗੱਲਬਾਤ ਕਰ ਲਿਓ ਕਈ ਵਾਰੀ ਘਰੇ ਬੈਠੇ ਮੰਗਾਉਣਾ ਹੋਵੇ ਸਾਈਜ਼ ਦੱਸ ਕੇ ਪੈਸੇ ਬਾਈ ਨਾਲ ਗੱਲ ਕਰ ਲਿਓ ਕਿਵੇਂ ਆਨਲਾਈਨ ਪਵਾਉਂਗੇ ਗੂਗਲ ਪੇ ਪੇਟੀਐਮ ਜੋ ਵੀ ਆ ਬੰਦਾ ਆਊਗਾ ਖੁਸ਼ ਹੋ ਕੇ ਜਾਊਗਾ ਇਸ ਗੱਲ ਦੀ ਜ਼ਿੰਮੇਵਾਰੀ ਹੈ ਅੱਛਾ ਕਿਵੇਂ ਮੈਂ ਕਿਹਾ ਬਾਹਰ ਬੈਠਾ ਕੋਈ ਬੰਦਾ ਹੁੰਦਾ ਜੇ ਕਿਸੇ ਨੇ ਮੰਗਾਉਣਾ ਹੋਵੇ ਕੱਪੜਾ ਪਸੰਦ ਆ ਜੇ ਕਿਸੇ ਨੂੰ ਪੈਸੇ ਗੂਗਲ ਪੇ ਕਰੇ ਕੋਰੀਅਰ ਕਰ ਦੋਗੇ ਉਹਦਾ ਖਰਚਾ ਲਾਉਂਗੇ ਅਗਲੇ ਤੋਂ ਕੋਰੀਅਰ ਦਾ ਖਰਚਾ ਬਾਈ ਪਤਾ ਕੀ ਆ ਆਲ ਪੰਜਾਬ ਆਪਣੀ ਡਿਲੀਵਰੀ ਹੋਊਗੀ ਫ੍ਰੀ ਜਿਹੜਾ ਬਾਈ ਬਾਹਰ ਹੁਣ ਕੈਨੇਡਾ ਅਮਰੀਕਾ ਜਾਂਦਾ ਉਹਦੇ ਬਾਈ ਜਿਹੜਾ ਚਾਰਜਸ ਆਪਣੇ ਹੋਣਗੇ ਸਾਰਿਆਂ ਨੂੰ ਘੱਟ ਹੋਣਗੇ ਅਗਲਾ ਆਪ ਟਰਾਈ ਕਰ ਲੈ ਬਾਜ਼ਾਰ ਦੇ ਵਿੱਚ ਜਿਹੜਾ ਆਪਣਾ ਰੇਟ ਹੋਊ ਬਾਈ ਸਭ ਤੋਂ ਘੱਟ ਹੋਊਗਾ ਹੁਣ ਬਾਈ ਆ ਜਾਕਟ ਆ ਗਈਆਂ ਲੋਕਾਂ ਦੀ ਲੁੱਟ ਹੋਈ ਜਾਂਦੀ ਹੈ ਇਹਨਾਂ 'ਚ 800 ਰੁਪਏ ਦੀ ਬਾਈ ਪਿਛਲੇ ਸਾਲ ਵੇਚੀ ਸੀ ਪੂਰਾ ਨਹੀਂ ਹੋਇਆ ਇੱਕ ਹੀ ਵਾਰ ਖਰੀਦ ਦੇ 50 ਵੱਧ ਗਏ ਪਰ ਆਪਾਂ ਵਧਾਇਆ ਨਹੀਂ ਰੇਟ ਆਪਾਂ 800 ਦੀ ਇੱਕ ਤੇ 1500 ਦੀਆਂ ਦੋ ਕਰਤੀਆਂ ਬਾਈ ਕੀ ਬਾਤ ਆ ਬਾਈ 1500 ਦੀਆਂ ਦੋ ਇਹ ਤਾਂ ਬਾਈ ਨੇ ਵਾਸਤੇ ਬਾਈ ਲੋਕਾਂ ਦੀਆਂ ਪਸੰਦ ਆ ਸਭ ਤੋਂ ਵੱਧ ਜਾਗੋ ਦੇ ਸੇਟੀ ਸਾਹਿਬ ਇਹਦਾ ਸੀਜ਼ਨ ਜਿਹੜਾ ਸ਼ੁਰੂ ਹੋਇਆ ਰੇਟ ਪਹਿਲੀ ਬਹੁਤ ਘੱਟ ਵੇਚ ਰਹੇ ਹੋ ਕਿਤੇ ਘੱਟ ਹੀ ਨਾ ਪਵਾ ਬੈਠੇ ਹੋ ਬਾਈ ਘਾਟਾ ਪਤਾ ਕੀ ਆ ਕੰਮ ਕਰਦੇ ਆ ਕੋਈ ਠਿਕਾਣਾ ਲੱਗ ਗਿਆ ਕਈ ਵਾਰੀ ਹੱਥ ਲੱਗ ਜਾਂਦਾ ਪਿੱਛੋਂ ਠਿਕਾਣਾ ਕੋਈ ਚੰਗਾ ਘਰ ਪਿੱਛੋਂ ਹੱਥ ਲੱਗ ਜਾਂਦਾ ਬਾਈ ਹੁਣ ਜਿਵੇਂ ਆ ਜਾਗਟ ਆ ਆਪਣੀ ਆਪ ਦੀ ਤਿਆਰ ਹੋ ਰਹੀ ਆ ਕੋਟ ਪੈਂਟ ਵਾਲੀ ਆਪਣੀ ਆਪ ਦਾ ਤਿਆਰ ਹੋ ਰਿਹਾ ਬਾਈ ਉਹਦੇ ਵਿੱਚ ਪਤਾ ਕੀ ਆ ਬਾਈ ਮਾਰਜਨ ਨਿਕਲ ਜਾਂਦਾ ਜੇ ਹੁਣ ਇਹੀ ਜਾਗਟਾਂ ਬਾਈ ਅਸੀਂ ਕੋਟ ਪੈਂਟ ਹੋਲਸੇਲ ਦੇ ਵਿੱਚ ਤਾਂ ਅਸੀਂ ਦੁਕਾਨਦਾਰ ਨੂੰ ਇਹ ਤੋਂ ਹੀ ਵਰਤਾ ਦੇਵਾਂਗੇ ਆਪਣਾ ਹੋਲਸੇਲ ਦਾ ਕੰਮ ਆ ਵੀ ਜਿਹੜੇ ਕਿਸੇ ਦੁਕਾਨਦਾਰ ਨੇ ਨਵੇਂ ਕਿਸੇ ਵੀਰ ਨੇ ਕੰਮ ਕਰਨਾ ਉਹ ਵੀ ਸੰਪਰਕ ਕਰ ਲੈ ਬਈ ਉਹਨੂੰ ਵੀ ਵਰਤਾ ਦੇਵਾਂਗੇ ਠੀਕ ਹੈ ਨਾ ਜਾਗਟਾਂ ਆ ਗਈਆਂ ਬਈ ਉਹ ਐਟਮਾਂ ਬਈ ਬਹੁਤ ਹੈ ਆ ਲੋ ਬਈ ਇਹਨਾਂ ਵਿੱਚ ਰੰਗ ਬਈ ਤੁਹਾਨੂੰ ਮੈਂ ਪੈਂਟਾ ਸ਼ਰਟਾਂ ਦਿਖਾਉਣਾ ਬਈ ਚੈੱਕ ਚੁੱਕ ਸ਼ਰਟਾਂ ਹੋਰ ਫਾਰਮਲ ਪੈਂਟਾਂ ਬਈ ਬੈਲ ਬੋਟਮ ਆਪਣੇ ਸਵਾਉਂਦੇ ਹੈਗੇ ਪੈਂਟਾਂ ਬਈ 900 ਰੁਪਏ ਦੀ ਇਹ ਚ ਬਈ ਪੈਂਟ ਆਪਣੇ ਕੋਲ ਜੀਨ ਦੀ ਪੈਂਟ 700 ਰੁਪਏ ਤੋਂ ਸਟਾਰਟ ਹੈ ਬਈ ਤੇ ਜਿੰਨੀ ਰੰਗ ਪੈ ਡੱਬ ਪੈਣ ਦੀ ਜ਼ਿੰਮੇਵਾਰੀ ਹੈ ਜਿਹਦੇ ਵਿੱਚ ਉਹ ਸ਼ਰਟ ਬਈ ਆਪਣੇ ਕੋਲ 900 ਰੁਪਏ ਤੋਂ ਸਟਾਰਟ ਹੈ ਬਈ 900 ਰੁਪਏ ਦੇ ਵਿੱਚ ਪੈਂਟ ਸਟਾਰਟ ਹੋ ਜੂਗੀ ਉਹਦਾ 1100 ਬਈ ਪੈਂਟ ਜਿਹੜੀ ਮਰਜ਼ੀ ਲੈ ਗਿਆ ਬਈ ਬੰਦਾ ਪੈਂਟ ਨਹੀਂ ਖਰਾਬ ਹੁੰਦੀ ਆ ਦੇਖੋ ਬਈ ਪ੍ਰੀਮੀਅਮ ਕੁਆਲਿਟੀ ਆ ਚੈੱਕ ਕਰ ਬਈ ਮਾੜਾ ਜੂ ਆ ਕੇ ਬੂਟ ਕੱਟ ਦੇ ਵਿੱਚ ਬਈ ਸਟਿਚ ਫੈਬਰਿਕ ਫਾਰਮਲ ਬਈ 700 ਰੁਪਏ ਦੀ ਬਈ ਸਵਾਈ ਆ ਬਈ 700 ਰੁਪਏ ਤੇ ਕੱਪੜੇ ਦੀ ਰੰਗ ਜਾਣ ਦੀ ਜ਼ਿੰਮੇਵਾਰੀ ਆ ਬਈ ਠੀਕ ਆ ਬਈ ਲੋ ਬਾਈ ਜੀ ਹੋਰ ਬਈ ਆਈਟਮਾਂ ਬਹੁਤ ਆ ਆਪਣੇ ਕਹਿੰਦੇ ਬੂਟ ਕੱਟ ਬਈ ਫਾਰਮਲ ਵਿਆਹਾਂ ਦਾ ਸੀਜ਼ਨ ਅਗਲਾ ਸਵਾਉਂਦਾ ਬਈ ਸਵਾਉਣ ਦੀ ਲੋੜ ਨਹੀਂ ਇਹਨਾਂ ਨਾਲ ਬਈ ਜਿਵੇਂ ਹੁਣ ਆ ਸ਼ਰਟਾਂ ਪਾਉਣੀਆਂ ਬਈ ਕਿਵੇਂ ਜੀਨ ਦੇਖ ਰਹੇ ਹੋ ਜੀਨ ਵੀ ਮਾਇਆ ਨਹੀਂ ਹੈਗੀ ਕੋਈ ਉਹੀ ਹੈਰੀ ਸੋਹਣਾ ਦੇਖੋ ਤੁਸੀਂ ਪਹਿਲਾਂ ਆ ਸ਼ਰਟਾਂ ਛੂਟਾਂ ਬਈ ਵਧੀਆ ਕੰਪਨੀ ਦੀਆਂ ਡੀਕੋਨ ਕੋਪਰ ਦੀ ਬਈ ਹੁਣ ਆ ਆਈਟਮਾਂ ਆ ਗਈਆਂ ਬਈ ਹਾਂ 900 ਪ੍ਰਿੰਟ ਆ ਬਈ ਇਹ ਤੇ 650 ਰੁਪਏ ਦਵਾਂਗੇ ਬਈ ਇੱਕ ਹੋਰ ਸੇਠੀ ਸਾਹਿਬ ਗੱਲ ਕਰੀਏ ਠੀਕ ਆ ਰੇਟ ਤੁਹਾਡੇ ਠੀਕ ਨੇ ਖਰ ਦਿਖਾਤਾ ਬਹੁਤ ਕੱਪੜਾ ਦੇਖ ਲਿਆ ਗੱਲ ਆ ਇਹਦੇ ਕੱਪੜੇ ਦੀ ਵੀ ਕਈ ਵਾਰੀ ਨਾ ਕੱਪੜਾ ਖਰਾਬ ਹੋ ਜਾਂਦਾ ਅਗਲਾ ਏਡੀ ਦੂਰੋਂ ਮੰਗਾਉਂਦਾ ਵੀ ਇਹਦੇ ਲੈਣ ਵੀ ਆਉਂਦਾ ਕਿਵੇਂ ਹੁਣ ਆ ਪੈਂਟਾਂ ਦੇ ਰੰਗ ਨਿਕਲੇ ਨਾ ਡੱਬ ਖੜ ਵੀ ਆਏ ਹੋ ਜਾਂਦੇ ਨੇ ਇਹ ਗੱਲ ਕਹਿੰਦੇ ਆ ਵੀ ਤੁਸੀਂ ਸਾਡੇ ਤੋਂ ਜੇ 3-4 ਪੈਂਟਾਂ ਸ਼ਰਟਾਂ ਲੈਣੀਆਂ ਇੱਕ ਲੈ ਜਾਓ ਹਾਂ ਪਾ ਕੇ ਦੇਖੋ ਬਈ ਜੇ ਹੰਡੂ ਤਾਂ ਲੈ ਕੇ ਜਾਇਓ ਕਿਉਂਕਿ ਬਈ ਅਸੀਂ ਕਸਟਮਰ ਜੋੜਨਾ ਤੋੜ ਜਦੋਂ ਮਰਜ਼ੀ ਲਈਏ ਜੇ ਆਪਾਂ ਗਾਹਕ ਜੋੜਾਂਗੇ ਬਈ ਤਾਂ ਇਸੇ ਗੱਲ ਨਾਲ ਜੁੜੂ ਜੇ ਅਗਲੇ ਦਾ ਕੱਪੜਾ ਚੱਲੂਗਾ ਠੀਕ ਆ ਰੇਟ ਕਰਕੇ ਵੀ ਗੱਲੇ ਕਰਕੇ ਗਾਹਕ ਨਹੀਂ ਜੁੜਦਾ ਕੁਆਲਿਟੀ ਕਰਕੇ ਜੁੜਦਾ ਆ ਲੋ ਬਾਈ ਯਾਰ ਹੁਣ ਮੋਟੀ ਜੀ ਆਈਟਮ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਲੁੱਟ ਹੋਈ ਜਾਂਦੀ ਆ ਆ ਸ਼ਰਟਾਂ ਬਾਈ ਸਾਰੀਆਂ ਪੈਕਿੰਗ ਵਾਲੀਆਂ
700-700 रुपए 600-600 रुपए चली जानी है बई सिर्फ बई 500 रुपए दे विच अच्छा 500 इहदे च बई बथेरे चेक है जी एक बार मुंह दिखा दो ड्राइवर लो बई जी अच्छा ये 500 बई है हां जी बई जी रेट इको रहूगा कोई घट नहीं वध नहीं बस मैं कहना चाहे जवाक आए चाहे बड़ा बड़ा बंदा यही रेट है रेट यही रहूगा भाई सारे वास्ते यही रेट है ठीक है भाई जी भाई जी ਤਾਂ ਮਿੱਤਰ ਪਿਆਰੋ ਦੇਖ ਲਿਆ ਤੁਸੀਂ ਨੇ ਕਿ ਬਾਈ ਕੋਲੇ ਜਿਹੜਾ ਹੈਗਾ ਮਾਲ ਦੁਕਾਨ ਭਈਆ ਪਰ ਇੱਕ ਘਮਾ ਦਿਓ ਕੈਮਰਾਮੈਨ ਸਾਹਿਬ ਇੱਕ ਵਾਰ ਸਾਰੇ ਪਾਸੇ ਘਮਾ ਦਿਓ ਕੈਮਰਾ ਦਿਖਾ ਦਿਓ ਇਹ ਵਧੀਆ ਠਿਕਾਣੇ ਤੇ ਲੈ ਕੇ ਆਏ ਜਿੱਥੇ ਰੇਟ ਮਿਲੂਗਾ ਘੱਟ ਤੁਹਾਨੂੰ ਬਿਲਕੁਲ ਘੱਟ ਰੇਟ ਦੇ ਉੱਪਰ ਕੱਪੜਾ ਮਿਲੂਗਾ ਖਰਾਬ ਹੋਵੇ ਬਾਈ ਕਹਿੰਦਾ ਪੂਰੀ ਗਾਰੰਟੀ ਹੈ ਦੇਖ ਕੇ ਨਵਾਂ ਲੈ ਜਿਓ ਅੱਛਾ ਘਰੇ ਬੈਠੇ ਮੰਗਾ ਸਕਦੇ ਹੋ ਐਮਪੀ 'ਚ ਬੈਠੇ ਹੋ ਯੂਪੀ ਬੈਠੇ ਹੋ ਬਾਹਰਲੇ ਦੇਸ਼ ਬੈਠੇ ਹੋ ਕਿਤੇ ਤਾਂ ਬਾਈ ਨੂੰ ਫੋਨ ਕਰਨਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਫੋਨ ਕਰਨਾ ਪੈਸੇ ਗੂਗਲ ਪੇ ਪੇਟੀਐਮ ਜੋ ਵੀ ਤੁਹਾਨੂੰ ਠੀਕ ਲੱਗੇ ਉਹ ਵੇ ਤੁਸੀਂ ਕਰ ਦਿਓ ਤੇ ਬਾਈ ਕੋਰੀਅਰ ਕਰ ਦੂਗਾ ਹਾਂ ਤੇ ਸ਼ੇਅਰ ਵਾਲਾ ਵਾਸਤੇ ਬਾਈ ਨੇ ਕਿਹਾ ਦਿਖਾਇਆ ਸਾਨੂੰ ਪਹਿਲਾਂ ਹੈ ਨਾ ਤੇ ਵੀ ਸਾਨੂੰ ਸ਼ੇਅਰ ਕਰਨਾ ਤੁਸੀਂ ਨੇ ਸ਼ੇਅਰ ਕਰਕੇ ਚਾਹੇ ਤਾਂ ਬਾਈ ਦਾ ਨੰਬਰ ਆ ਇਹਦੇ ਉੱਪਰ ਭੇਜ ਦਿਓ ਵਧੀਆ ਰਹੂਗਾ ਇਹਦੇ ਉੱਪਰ ਭੇਜ ਦਿਓ ਮੈਂ ਕਈ ਵਾਰੀ ਨੰਬਰ ਤੇ ਨਾ ਚੈੱਕ ਕਰਾਂ ਤਾਂ ਤੁਸੀਂ ਬਾਈ ਨਾਲ ਸਿੱਧਾ ਕੰਟੈਕਟ ਕਰਿਓ ਇਹ ਸ਼ੇਅਰ ਕਰਨੇ ਵੱਧ ਤੋਂ ਵੱਧ ਇਹ ਫ੍ਰੀ ਚ ਲੈ ਲਿਓ ਆਪਣੀ ਵੀਡੀਓ ਦੇ ਸਕਰੀਨਸ਼ਾਟ ਦਿਖਾ ਕੇ ਅੱਛਾ ਸੇਠੀ ਸਾਹਿਬ ਕਿੰਨੇ ਨੇ ਇਹ ਕਿੰਨੇ ਬੰਦੇ ਨੂੰ ਦੇਣੀਆਂ ਨੇ ਜੈਕਟਾਂ ਇਹ ਬੰਦੇ ਨੂੰ ਬਾਈ ਜੀ ਹੁਣ ਅੱਜ ਆਪਾਂ ਆਈਫੋਨ ਕੱਢਿਆ ਬਾਈ 12 ਮਿੰਨੀ ਨਾਮ ਹਾਂ ਕੱਢਿਆ ਲੋ ਬਾਈ ਨੇ ਆਪਾਂ ਆਪਣੇ ਸਾਹਮਣੇ ਕੱਢਿਆ ਇੰਸਟਾਗ੍ਰam ਤੇ ਆਪਣੇ ਪਿਆ ਸਾਰਾ ਕਿਵੇਂ ਬਾਈ ਨੇ ਜਵਾਕ ਤੋਂ ਪਰਚੀ ਚਕਾਈ ਆ ਤਾਂ ਆ ਆਈਫੋਨ ਕੱਢਿਆ ਬਾਈ ਨੇ ਤੇ ਕੋਈ ਜਾਣਦਾ ਨਹੀਂ ਸੀ ਬੰਦਾ ਬਾਈ ਨੂੰ ਪਰਚੀ ਪਾਈ ਹੋਈ ਸੀ ਕੱਪੜੇ ਲੈ ਗਿਆ ਹੋਊਗਾ 3000 ਦੀ ਸ਼ਾਪਿੰਗ ਕਰਕੇ ਗਿਆ ਹੋਊਗਾ ਮੇਰੇ ਖਿਆਲ ਚ 3 ਤੇ ਬਾਈ ਨੇ ਆਪਣੇ ਕੰਮ ਨੂੰ ਪ੍ਰਮੋਟ ਕਰਨ ਵਾਸਤੇ ਰੱਖਿਆ ਹੋਈ ਤਾਂ ਉਹਨੂੰ ਇਹ ਆਈਫੋਨ ਨਿਕਲਿਆ ਕੋਈ ਐ ਨਹੀਂ ਹੈਗਾ ਵੀ ਕੋਈ ਹਵਾਜੀ ਗੱਲਾਂ ਨੇ ਆਪਾਂ ਨਾ ਗਲਤ ਬੰਦੇ ਦੀ ਵੀਡੀਓ ਪਾਈਏ ਅਸੀਂ ਨਾ ਕਰੇ ਪਹਿਲਾਂ ਪਾਈਆ ਤੇ ਗੱਲ ਇਹ ਆ ਵੀ ਸਕਰੀਨ ਸ਼ਾਟ ਤੁਸੀਂ ਨੇ ਕਰਕੇ ਬਾਈ ਨੂੰ ਭੇਜ ਦਿਓ ਵੀ ਐਨਿਆ ਬਾਈ ਮੈਂ ਸ਼ੇਅਰ ਕਰੀ ਇਹ ਵੀਡੀਓ ਤੇ ਆ ਮੰਗਾ ਲਿਓ ਤੁਸੀਂ ਬਾਈ ਤੋਂ ਹਨਾ ਜੇ ਬਾਈ ਨਾ ਦੇਵੇ ਤਾਂ ਫੋਨ ਕਰ ਲਿਓ ਮੈਨੂੰ ਕੋਈ ਗੱਲ ਨਹੀਂ ਕੋਈ ਇਹੀ ਜੀ ਗੱਲ ਨਾ ਮਜ਼ਾਕ ਕਰ ਰਿਹਾ ਬਾਈ ਤੇ ਸਾਫ ਸੁਥਰਾ ਬੰਦਾ ਤੇ ਸਕਰੀਨ ਸ਼ਾਟ ਤੁਸੀਂ ਬਾਈ ਨੂੰ ਭੇਜ ਦਿਓ ਤੇ ਗੱਲ ਆ ਗਈ ਹੁਣ ਕਿ ਬਾਈ ਦੀ ਦੁਕਾਨ ਤੇ ਆਉਣਾ ਹੋਵੇ ਤੁਸੀਂ ਨੇ ਕਿਵੇਂ ਪਹੁੰਚੋ ਸਿੱਧੇ ਕੋਈ ਆਸਾਨ ਜਿਹਾ ਐਡਰੈਸ ਦੱਸਿਓ ਦੁਕਾਨ ਦੇ ਉੱਪਰ ਕਿਵੇਂ ਆਵੇ ਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਬਾਈ ਮਾਨਸਾ ਗੁਰਦੁਆਰਾ ਚੌਂਕ ਦੇ ਵਿੱਚ ਦੁਕਾਨ ਹੈ ਸਟੇਸ਼ਨ ਤੋਂ 2 ਮਿੰਟਾਂ ਦੀ ਦੂਰੀ ਹੈ ਬੱਸ ਸਟੈਂਡ ਤੋਂ 10 ਮਿੰਟਾਂ ਦੀ ਦੂਰੀ ਹੈ ਬਈ ਵਾਕਿੰਗ ਡਿਸਟੈਂਸ ਜਿਹੜਾ ਹੈਗਾ ਤੇ ਆਪਣੇ ਗੁਰਦੁਆਰਾ ਚੌਂਕ ਦੇ ਵਿੱਚ ਬ੍ਰੈਂਡ ਬੋਏ ਦੀ ਥਾਂ ਤੇ ਦੁਕਾਨ ਹੈ ਬਾਈ ਜਿਹਨੂੰ ਮਰਜ਼ੀ ਪੁੱਛ ਲਿਓ ਬਾਕੀ ਸਾਨੂੰ ਬਾਈ ਕਾਲ ਕਰ ਲਿਓ 7888432323 ਬਾਈ 7888433223 ਬਾਈ ਆਪਣਾ ਕੰਟੈਕਟ ਨੰਬਰ ਹੈ ਫੋਨ ਕਰ ਲਓ ਬਾਈ ਆ ਨੰਬਰ ਤੁਹਾਡੇ ਕੋਲ ਸਕਰੀਨ ਤੇ ਵੀ ਚੱਲੀ ਜਾਂਦਾ ਜਦੋਂ ਮਰਜ਼ੀ ਬਾਈ ਆਏ ਦੁਕਾਨ ਨੰਬਰ 77 ਬਾਈ ਬ੍ਰੈਂਡ ਬੋਏ ਮਾਨਸਾ ਮੈਂ ਇੱਕ ਵਾਰੀ ਦੁਕਾਨ ਬਾਹਰ ਤੋਂ ਬਾਈ ਦੀ ਦਿਖਾ ਦਿੰਦਾ ਤੁਹਾਨੂੰ ਫੇਰ ਤੇ ਪੂਰੀ ਗਾਰੰਟੀ ਹੈ ਕੱਪੜੇ ਦੀ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਬਾਈ ਕੋਲੋਂ ਮਿਲ ਜੂਗੀ ਇੱਕ ਵਾਰੀ ਕੈਮਰਾਮੈਨ ਸਾਹਿਬ ਬਾਹਰ ਆ ਜਾਓ ਬਾਹਰ ਤੋਂ ਦਿਖਾ ਦਿੰਦਾ ਕਈ ਵਾਰੀ ਬੋਰਡ ਥੋੜਾ ਜਿਹਾ ਆਸਾਨੀ ਹੋ ਜਾਂਦੀ ਆ ਭਾਲਣੀ ਦੁਕਾਨ ਥੋੜੀ ਦਿਖਾ ਦਿਓ ਇੱਕ ਵਾਰੀ ਕਿ ਆਹ ਬੋਰਡ ਆ ਬਾਈ ਦਾ ਤੇ ਸਾਹਮਣੇ ਨੰਬਰ ਵੀ ਲਿਖੇ ਹੋਏ ਨੇ ਬਾਈ ਦੇ ਸਕਰੀਨ ਤੇ ਵੀ ਚੱਲ ਰਹੇ ਨੇ ਹੈਨਾ ਅਗਰ ਵੀਡੀਓ ਕੰਮ ਦੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਧੰਨਵਾਦ ਰੱਬ ਰੱਖਾ